ਬੀਤੇ ਕੱਲ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸਰਾਵਾਂ ਬੋਦਲਾ ਦੇ ਵਿੱਚ ਇੱਕ ਵਿਆਹੁਤਾ ਦੇ ਕਤਲ ਦਾ ਮਾਮਲਾ ਸਾਹਮਣੇ ਆਉਂਦਾ ਹੈ। ਜੋ ਉਸ ਸਮੇਂ ਦੇ ਤੱਥ ਸਾਹਮਣੇ ਆਏ ਉਸ ਅਨੁਸਾਰ ਇਸ ਵਿਆਹੁਤਾ ਦੀ ਜਿਹੜੀ ਲਾਸ਼ ਹੈ ਉਹ ਘਰ ਦੇ ਵਿੱਚ ਕਣਕ ਵਾਲੇ ਡਰੰਮ ਦੇ ਵਿੱਚੋਂ ਮਿਲਦੀ ਹੈ। ਇਸ ਮਾਮਲੇ 'ਚ ਹੁਣ ਪੁਲਿਸ ਨੇ ਜਿਹੜੇ ਨੇ ਉਹ ਵੱਡੇ ਖੁਲਾਸੇ ਜਿਹੜੇ ਨੇ ਹੁਣ ਤੱਕ ਸਾਹਮਣੇ ਆਏ ਨੇ ਔਰ ਸੂਤਰ ਜੋ ਹੁਣ ਤੱਕ ਦੱਸਦੇ ਨੇ, ਕਿਉਂਕਿ ਇਸ ਮਾਮਲੇ ਦੇ ਵਿੱਚ SSP ਭਾਗੀਰਥ ਸਿੰਘ ਮੀਨਾ ਉਸ ਸਮੇਂ 'ਚ ਹੀ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ, ਤੁਹਾਨੂੰ ਸਿੱਧਾ ਪ੍ਰੈਸ ਕਾਨਫਰੰਸ ਨਾਲ ਜੋੜਾਂਗੇ। ਪਰ ਜੋ ਸੂਤਰਾਂ ਅਨੁਸਾਰ ਜਾਣਕਾਰੀ ਸਾਹਮਣੇ ਆਈ ਹੈ ਉਸ ਅਨੁਸਾਰ ਇਹ ਔਰਤ ਜਿੱਥੇ ਰਹਿ ਰਹੀ ਸੀ ਉੱਥੇ ਲਿਵ ਇਨ 'ਚ ਰਹਿ ਰਹੀ ਸੀ, ਕਿਉਂਕਿ ਇਸ ਤੋਂ ਪਹਿਲਾਂ ਇਹ ਫਾਜ਼ਿਲਕਾ ਵਿਖੇ ਵਿਆਹੀ ਹੋਈ ਸੀ। ਕਰੀਬ 3 ਤੋਂ 4 ਸਾਲ ਹੋ ਗਏ ਇਹ ਸਰਾਵਾਂ ਬੋਦਲਾ ਵਿਖੇ ਆਪਣੀ ਮਾਸੀ ਦੇ ਲੜਕੇ ਦੇ ਨਾਲ ਲਿਵ ਇਨ 'ਚ ਰਹਿ ਰਹੀ ਸੀ ਅਤੇ ਇਹਨਾਂ ਦਾ ਇੱਕ ਬੇਟਾ ਵੀ ਸੀ। ਸੋ ਕਾਰਨ ਕੀ ਬਣੇ ਔਰ ਕਿਉਂ ਇਸ ਔਰਤ ਦਾ ਕਤਲ ਕੀਤਾ ਗਿਆ, ਆਖਿਰ ਉਸਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਕਣਕ ਵਾਲੇ ਡਰੰਮ ਦੇ ਵਿੱਚ ਰੱਖਿਆ ਗਿਆ, ਇਹ ਸਾਰੀਆਂ ਗੱਲਾਂ ਦੇ ਸੰਬੰਧੀ ਤੁਹਾਨੂੰ ਆਓ ਸਿੱਧੇ ਤੌਰ ਦੇ ਉੱਤੇ SSP ਭਾਗੀਰਥ ਸਿੰਘ ਮੀਨਾ ਜੋ ਕਿ ਇਸ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਨੇ ਉਸ ਕਾਨਫਰੰਸ ਨਾਲ ਜੋੜਦਿਆਂ ਦੱਸ ਦਈਏ ਕਿ ਮਾਮਲਾ ਬੀਤੇ ਕੱਲ ਦਾ, ਜਦੋਂ ਇੱਕ ਔਰਤ ਦੀ ਲਾਸ਼ ਪਿੰਡ ਸਰਾਵਾਂ ਬੋਦਲਾ ਦੇ ਵਿੱਚ ਉਸਦੇ ਘਰ ਵਿੱਚੋਂ ਹੀ ਕਣਕ ਵਾਲੇ ਡਰੰਮ ਦੇ ਵਿੱਚੋਂ ਮਿਲਦੀ ਹੈ, ਉਸਦਾ ਕਤਲ ਕਰ ਦਿੱਤਾ ਜਾਂਦਾ ਔਰ ਉਸਦੇ ਪਰਿਵਾਰਕ ਮੈਂਬਰ ਜੋ ਪੇਕਾ ਪਰਿਵਾਰ ਹੈ ਉਹ ਸਹੁਰਾ ਪਰਿਵਾਰ 'ਤੇ ਦੋਸ਼ ਲਾਉਂਦਾ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜੋ ਸੂਤਰ ਦੱਸਦੇ ਨੇ ਹੁਣ ਤੱਕ 2 ਵਿਅਕਤੀਆਂ ਨੂੰ ਕਾਬੂ ਕੀਤਾ, ਉਹਨਾਂ ਦਾ ਔਰਤ ਨਾਲ ਰਿਸ਼ਤੇਦਾਰੀ ਕੀ ਹੈ ਇਹ ਵੀ ਸਭ ਜਿਹੜੇ ਆ ਉਹ ਤੱਥ ਜਿਹੜੇ ਨੇ SSP ਭਾਗੀਰਥ ਸਿੰਘ ਮੀਨਾ ਜਿਹੜੇ ਉਹ ਸਾਹਮਣੇ ਰੱਖਣਗੇ। ਸੋ ਆਓ ਸਿੱਧੇ ਤੁਹਾਨੂੰ SSP ਭਾਗੀਰਥ ਸਿੰਘ ਮੀਨਾ ਦੀ ਪ੍ਰੈਸ ਕਾਨਫਰੰਸ 'ਚ ਲੈ ਜਾਂਦੇ ਹਾਂ ਜੋ ਬੀਤੇ ਕੱਲ੍ਹ ਔਰਤ ਦੇ ਹੋਏ ਕਤਲ ਦੇ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ। 9:10 ਕੀ ਦਰਮਿਆਨ ਰਾਤ ਨੂੰ ਸਾਡਾ ਕੱਬਰਵਾਲਾ ਥਾਣੇ ਦੇ ਵਿੱਚ ਇਹ ਸਰਾਵਾਂ ਬੋਦਲਾ ਪਿੰਡ ਹੈਗਾ, ਉੱਥੇ ਸਾਨੂੰ ਇਤਲਾਹ ਮਿਲੀ ਸੀ ਕਿ ਕਿਸੇ ਲੇਡੀ ਦਾ ਮਰਡਰ ਕੀਤਾ ਗਿਆ ਹੈਗਾ। ਤਾਂ ਸਾਡੇ DSP ਲੰਬੀ ਔਰ SHO ਕੱਬਰਵਾਲਾ ਨੇ ਬਿਲਕੁਲ ਪ੍ਰੋਮਪਟਲੀ ਐਕਸ਼ਨ ਕਰਦੇ ਹੋਏ ਅਸੀਂ ਮਰਡਰ ਕੇਸ FIR ਰਜਿਸਟਰ ਕੀਤੀ, 37 ਨੰਬਰ ਹੈਗੀ ਔਰ ਉਸਕੇ ਜੋ ਦੋ ਦੋਸ਼ੀ ਹੈਗੇ, ਪਹਿਲਾ ਹੈਗਾ ਇਸਕਾ ਸਤਨਾਮ ਸਿੰਘ ਉਰਫ ਸੱਤਾ ਔਰ ਦੂਜਾ ਬੂਟਾ ਸਿੰਘ, ਦੋਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ। ਬੇਸਿਕਲੀ ਜੋ ਡਿਜੀਜ਼ ਕਿਰਨਾ ਦੇਵੀ ਹੈਗੀ ਉਹ ਸਤਨਾਮ ਸਿੰਘ ਕੀ ਵਾਈਫ ਹੈਗੀ। ਜੋ ਵਜੇ ਰੰਜਿਸ ਮਾਰਨੇ ਕੀ ਉਹ ਹੁਣ ਤੱਕ ਜੋ ਸਾਹਮਣੇ ਆਈ ਹੈਗੀ ਉਹ ਇਹ ਹੈਗੇ ਕਿ ਜੋ ਕਿਰਨਾ ਹੈਗੀ ਉਸਕੀ ਪਹਿਲੇ ਸ਼ਾਦੀ ਹੈਗੀ ਜੋ ਜਸਵਿੰਦਰ ਸਿੰਘ ਨਾਲ ਹੋਈ ਸੀ, ਲੇਕਿਨ ਉਸੇ ਕੁਛ ਇਸ਼ੂ ਹੋਣੇ ਕੇ ਬਾਅਦ ਮੈਂ ਇਹ ਆਪਣੇ ਮਾਸੀ ਦੇ ਲੜਕੇ ਸਤਨਾਮ ਸਿੰਘ ਕੋਲ ਪਿਛਲੇ 3-4 ਸਾਲ ਸੇ ਰਹਿ ਰਹੀ ਸੀ। ਤੋ ਇਸਕੇ ਸਤਨਾਮ ਸਿੰਘ ਔਰ ਇਨਕਾ ਇੱਕ ਮੁੰਡਾ ਵੀ ਸੀ 2.5 ਸਾਲ ਕਾ। ਤੋ ਜੋ ਸਤਨਾਮ ਸਿੰਘ ਸੀ ਉਹ ਕਿਰਨਾ ਦੇਵੀ ਕੇ ਕਰੈਕਟਰ ਪੇ ਸ਼ੱਕ ਕਰਦਾ ਸੀ ਕਿ ਇਸਕੇ ਔਰ ਕਿਸੇ ਬੰਦੇ ਨਾਲ ਇਲਿਸਿਟ ਰਿਲੇਸ਼ਨ ਹੈਗੇ। ਇਸੀ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਸਤਨਾਮ ਸਿੰਘ ਨੇ ਔਰ ਉਸਕੇ ਫਾਦਰ ਬੂਟਾ ਸਿੰਘ ਨੇ ਇਸਨੂੰ ਰਾਤ ਨੂੰ ਗਲਾ ਘੋਟ ਕੇ ਸਾਫੇ ਨਾਲ ਗਲਾ ਘੋਟ ਕੇ ਔਰ ਇਸਕਾ ਮਰਡਰ ਕੀਤਾ ਔਰ ਜੋ ਅਨਾਜ ਕਾ ਟੈਂਕ ਹੁੰਦਾ ਹੈ ਉਹਦੇ ਵਿੱਚ ਇਸਕੀ ਡੈੱਡ ਬੋਡੀ ਨੂੰ ਛੁਪਾ ਕੇ ਰੱਖਿਆ ਹੋਇਆ ਸੀ। ਤੋ ਇਹ ਲੰਬੀ ਪੁਲਿਸ ਕੀ ਔਰ ਕੱਬਰਵਾਲਾ ਪੁਲਿਸ ਕੀ ਬਹੁਤ ਵੱਡੀ ਕਾਮਯਾਬੀ ਹੈ। ਜਦੋਂ ਪੁਲਿਸ ਗਈ ਪੂਰੇ ਮਾਮਲੇ ਕੀ ਤਹਿਕੀਕਾਤ ਕੀਤੀ ਤੋ ਉਸਕੇ ਬਾਅਦ ਮੈਂ ਫਿਰ ਪੂਰੀ ਫੈਮਿਲੀ ਨੂੰ ਨਾਲ ਲੈ ਕੇ ਜਦੋਂ ਸਰਚ ਕੀਤਾ ਸੀ ਤੋ ਸਾਰੀ ਚੀਜ਼ ਨਿਕਲ ਕੇ ਆਈ ਕਿ ਉਹਨਾਂ ਨੇ ਟੈਂਕ ਦੇ ਵਿੱਚ ਮਾਰ ਕੇ ਔਰ ਉਸਨੂੰ ਲਾਸ਼ ਨੂੰ ਦਬਾਇਆ ਹੋਇਆ ਸੀ। ਨਹੀਂ ਨਹੀਂ ਜੇ ਵੈਸੇ ਹੀ ਛੱਡ ਕੇ ਆਈ ਸੀ ਸਤਨਾਮ ਸਿੰਘ ਨਾਲ, ਇਹ ਲਿਵਿੰਗ ਦੇ ਵਿੱਚ ਹੀ ਰਹਿ ਰਹੀ ਸੀ ਔਰ ਜੋ ਸਤਨਾ ਬੂਟਾ ਸਿੰਘ ਹੈਗਾ ਉਸਕੇ ਖਿਲਾਫ ਪਹਿਲੇ ਵੀ ਇੱਕ ਐਕਸਾਈਜ਼ ਐਕਟ ਦਾ ਮੁਕਦਮਾ ਦਰਜ ਹੈਗਾ। ਸਰ ਕੋਈ ਹੋਰ ਵੀ ਹੈ ਇਹਦੇ ਵਿੱਚ ਕਿ ਦੋ ਹੀ ਸੀਗੇ? ਨਹੀਂ ਜੀ, ਦੋ ਹੀ ਹੈਗੇ ਇਹਦੇ ਵੀ ਦੋਸ਼ੀ ਅੱਜ ਤੱਕ ਜੋ ਸਾਡੀ ਜੋ ਇਨਵੈਸਟੀਗੇਸ਼ਨ ਹੋਈ ਹੈ। ਅਗਰ ਫਰਦਰ ਕਿਸੇ ਦਾ ਕੋਈ ਰੋਲ ਆਉਂਦਾ ਹੈਗਾ ਤੋ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੋਮੀਨੇਟ ਕਰਕੇ ਉਹ ਅਰੈਸਟ ਕੀਤਾ। ਐਜ ਆਫ ਨਾਓ ਸਿਰਫ ਦੋ ਹੀ ਐਕਸਾਈਜ਼ ਹੈਗੇ, ਦੋਨੋਂ ਅਸੀਂ ਫੜ ਲਈ ਹੈਗੇ। ਓਕੇ ਜੀ।
ਥੈਂਕ ਯੂ।